ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇ ਵਾਲੇ ਦੀ ਦੋਸਤੀ ਕਿੰਨੀ ਗੂੜ੍ਹੀ ਸੀ ਇਹ ਦੱਸਣ ਦੀ ਲੋੜ ਨਹੀਂ। ਅੰਮ੍ਰਿਤ ਮਾਨ ਹਮੇਸ਼ਾ ਆਪਣੇ ਲਾਈਵ ਸ਼ੋਆਂ 'ਤੇ ਸਿੱਧੂ ਮੂਸੇਆਂ ਨੂੰ ਯਾਦ ਕਰਦਾ ਰਹਿੰਦਾ ਆ, ਪਰ ਫਿਰ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਆ ਵੀ ਫੇਮ ਲੈਣ ਦਾ ਮਾਰਾ ਕਰਦਾ ਆ। ਪਰ ਅੰਮ੍ਰਿਤ ਮਾਨ ਕੱਲ੍ਹ ਸਿੱਧੂ ਬਾਰੇ ਗੱਲ ਕਰਦਾ ਭਾਵੁਕ ਹੋ ਗਿਆ ਅਤੇ ਲਾਈਵ ਸ਼ੋਅ ਦੇ ਵਿੱਚ ਆਪਣੇ ਦਿਲ ਦੀਆਂ ਗੱਲਾਂ ਕਰਤੀਆਂ। ਸਿੱਧੂ ਮੂਸੇਵਾਲੇ ਦਾ ਲੈਵਲ ਗਾਣਾ ਗਾਇਆ ਅੰਮ੍ਰਿਤ ਮਾਨ ਨੇ ਅਤੇ ਫਿਰ ਕਿਹਾ ਵੀ ਲੋਕ ਤਾਂ ਐਵੇਂ ਹੀ ਕਹੀ ਜਾਂਦੇ ਨੇ, ਸਿੱਧੂ ਲਈ ਮੈਂ ਕੀ ਸੀ ਅਤੇ ਮੇਰੇ ਲਈ ਸਿੱਧੂ ਕੀ ਸੀ, ਇਹ ਸਿਰਫ ਅਸੀਂ ਦੋਨੋਂ ਹੀ ਜਾਣਦੇ ਹਾਂ। ਬਾਕੀ ਤੁਸੀਂ ਅੰਮ੍ਰਿਤ ਮਾਨ ਦਾ ਉਹ ਪੂਰਾ ਲਾਈਵ ਸੁਣੋ, ਹੋਰ ਕੀ ਕੁਝ ਕਿਹਾ ਅੰਮ੍ਰਿਤ ਮਾਨ ਨੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਉਹਦੀਆਂ ਤੇ ਮੇਰੀਆਂ ਜੋ ਗੱਲਾਂ ਸੀ ਇਹ ਮੇਰੇ ਨਾਲ ਅਖੀਰ ਤੱਕ ਸਿਰਿਆਂ ਤਾਂ ਹੀ ਜਾਣਗੀਆਂ। ਮੈਂ ਕਿਸੇ ਹੋਰ ਦੀ ਸਫਾਈ ਨਹੀਂ, ਮੇਰਾ ਯਾਰ ਸੀ, ਮੇਰਾ ਭਰਾ ਸੀ, ਜਿਹਦੇ ਨਾਲ ਰੋਟੀ ਖਾ ਕੇ ਜੇ ਦੁਨੀਆਂ ਤੋਂ ਚਲਿਆ ਜਾਵੇ ਬਾਅਦ ਵਿੱਚ ਉਹਦੀਆਂ ਜਿਹੜੀਆਂ ਗੱਲਾਂ ਨਾ ਤਾਂ ਨੰਬਰ ਖਤਮ ਕਰਨੀਆਂ ਚਾਹੀਦੀਆਂ ਤੇ ਨਾ ਵਾਧੂ ਦੀ ਜ਼ਿੰਦਗੀ ਗਏ ਨੂੰ। ਸਭ ਤੋਂ ਵੱਧ ਬੈਠਾ ਉਹਦੇ ਮਾਂ ਪਿਓ ਨੂੰ ਪੁੱਛੋ ਜਾ। ਇੱਕ ਵਾਰੀ ਮੂਸੇ ਪਿੰਡ ਨਾਲ ਬਣੀ ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ, ਤੁਸੀਂ ਬਹੁਤ ਪਿਆਰ ਦਿੱਤਾ। ਜੇ ਤੁਸੀਂ ਪਿਆਰ ਨਾਲ ਦੁਆਰੇ ਬਣੋਗੇ ਤੁਹਾਡਾ ਭਰਾ ਉੱਡਿਆ ਆਊਗਾ। ਤਾਂ ਦੋਸਤੋ ਤੁਸੀਂ ਪੂਰੀ ਗੱਲਬਾਤ ਸੁਣੀ ਲਈ ਆ ਅੰਮ੍ਰਿਤ ਮਾਨ ਦੀ। ਸੋ ਲੋਕ ਤਾਂ ਐਵੇਂ ਹੀ ਬੋਲਦੇ ਰਹਿੰਦੇ ਨੇ, ਹਰ ਵਾਰ ਸੋਸ਼ਲ ਮੀਡੀਆ 'ਤੇ ਜਿਤਾ ਕੇ ਨਹੀਂ ਪਾਇਆ ਜਾਂਦਾ ਕਿ ਮੈਂ ਕਿੰਨਾ ਪਿਆਰ ਕਰਦਾ ਉਸ ਇਨਸਾਨ ਨੂੰ। ਜੋ ਗੱਲਾਂ ਸਾਡੇ ਵਿਚਕਾਰ ਸੀ ਅਸੀਂ ਹੀ ਜਾਣਦੇ ਹਾਂ, ਅਤੇ ਸੋਸ਼ਲ ਮੀਡੀਆ 'ਤੇ ਸਟੰਟ ਨਹੀਂ ਖੇਡਦਾ ਮੈਂ ਆਪਣਾ ਪਿਆਰ ਦਿਖਾਉਣ ਦੇ ਲਈ। ਪਿਆਰ ਮੇਰੇ ਦਿਲ ਵਿੱਚ ਆ ਸਿੱਧੂ ਮੂਸੇਵਾਲੇ ਵਾਸਤੇ, ਇਹ ਸਭ ਕੁਝ ਕਿਹਾ ਅੰਮ੍ਰਿਤ ਮਾਨ ਨੇ। ਕਿਵੇਂ ਦੀ ਲੱਗੀ ਵੀਡੀਓ ਕਮੈਂਟ ਜ਼ਰੂਰ ਕਰਿਓ, ਆਪਣੇ ਵਿਚਾਰ ਵੀ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।